देखा है ब्लू भी अले।
ਸੌ ਵਰੇ ਬਾਅਦ ਅਸੀਂ ਤੁਸੀਂ ਦੇਖਿਆ ਜਰਾ ਮੇਲ ਕੇ ਦੇਖ ਲਿਓ
ਕਿਸ ਦਿੱਤਾ? ਆਪ ਦਿੱਤਾ ਦੁਨੀਆ ਨੂੰ। ਲਫ਼ਜ਼ ਕੀ ਸਨ? ਥਾਨ, ਮੁਕਾਮ, ਜਲੇ, ਬਿਜ ਮੰਦਰ। ਗੁਰਬਾਣੀ ਬਾਬਾ ਕਹਿੰਦਾ ਮੈਂ ਕੀ ਦੇਖਿਆ, ਸੁਥਾਨ ਜਲ ਰਹੇ ਸਨ, ਮੁਕਾਮ ਜਲ ਰਹੇ ਸਨ, ਬੜੇ ਮਜ਼ਬੂਤ ਪੱਕੇ ਉਸਾਰੇ ਹੋਏ ਮੰਦਰ ਮਹੱਲ ਜਲ ਰਹੇ ਸਨ, ਤੇ ਟੁਕੜੇ ਟੁਕੜੇ ਕਰਕੇ ਕੋਇਲ ਰਲਾਇਆ। ਜਿਹੜੇ ਵੱਡੇ ਵੱਡੇ ਘਰਾਂ ਦੇ ਰਾਜਕੁਮਾਰਾਂ ਵਰਗੇ, ਰਾਜਕੁਮਾਰੀਆਂ ਵਰਗੇ ਜੀਵਨ ਸਨ, ਟੁਕੜੇ ਟੁਕੜੇ ਕਰਕੇ ਗਲੀਆਂ ਵਿੱਚ ਰਲਾਏ ਜਾ ਸਕਦੇ ਜਾ ਰਹੇ ਸਨ। ਬਾਬਾ ਕਹਿੰਦਾ ਮੈਂ ਦੇਖਿਆ, ਇਹ ਤਾਂ ਲਫ਼ਜ਼ ਮੇਰੇ ਨਹੀਂ ਨਾ, ਇਹ ਲਫ਼ਜ਼ ਮੇਰੇ ਤੇ ਨਹੀਂ, ਬਾਬੇ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨੇ। ਮੈਂ ਤੇ ਮਿਲਣਾ ਚਾਹੁੰਦਾ ਜੋ ਤੁਸੀਂ ਵੇਖਿਆ, ਉਹ ਨਵੀਂ ਗੱਲ ਨਹੀਂ, ਬਾਬੇ ਨੇ ਵੀ ਵੇਖਿਆ। ਬਾਬਾ ਕਹਿੰਦਾ ਥਾਨ, ਮੁਕਾਮ, ਜਲੇ, ਬਿਜ ਮੰਦਰ, ਮੁੱਛ ਮੁੱਛ ਕੋਇਲ ਰੁਲਾਇਆ, ਕਿਸੇ ਨੂੰ ਸਜ਼ਾ ਨਾ ਮਿਲੀ। ਮੁੱਛ ਮੁੱਛ ਕੋਇਲ ਰੁਲਾਉਣ ਵਾਲਿਆਂ ਨੂੰ, ਥਾਨ ਮੁਕਾਮ ਬਿਜ ਮੰਦਰ ਜਲਾਉਣ ਵਾਲਿਆਂ ਨੂੰ ਕੋਈ ਸਜ਼ਾ ਨਾ ਮਿਲੀ, ਕੋਈ ਅੰਧਾ ਵੀ ਨਾ ਹੋਇਆ। ਗੁਰਬਾਣੀ ਦੀ ਲਾਈਨ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਹਿਸਟਰੀ ਦੀ ਲਾਈਨ ਹੈ, ਔਰ ਹਿਸਟਰੀ ਵੀ ਕਿਸੇ ਰਾਜ ਹਿਸਟੋਰੀਅਨ ਦੀ ਲਿਖੀ ਹੋਈ ਨਹੀਂ, ਬਾਬੇ ਨਾਨਕ ਦੀ ਜੋ ਦੇਖਿਆ ਉਹ ਲਿਖਿਆ ਹੋਇਆ। ਥਾਨ, ਮੁਕਾਮ, ਚਲੇ, ਬਿਜ ਮੰਦਰ, ਮੁੱਛ ਮੁੱਛ ਕੋਇਲ ਰਲਾਇਆ, ਕੋਈ ਮੁਗਲ ਨਾ ਹੋਇਆ। ਕਿੰਨੇ ਨਾ ਪਰਚਾ ਲਾਇਆ, ਜਲਾਉਣ ਵਾਲੇ ਵੀ ਬਚ ਗਏ, ਕੋਇਲ ਰਲਾਉਣ ਵਾਲੇ ਵੀ ਬਚ ਗਏ, ਕਿਸੇ ਦਾ ਕੁਛ ਨਾ ਵਿਗੜਿਆ। ਅੱਜ ਵੀ ਦੇਖ ਲਓ ਅਕਾਲ ਤਖ਼ਤ ਨੂੰ, ਗੁਰੂ ਅਸਥਾਨਾਂ ਨੂੰ, ਸ੍ਰੀ ਗੁਰੂ ਸਾਹਿਬ ਦੇ ਸਰੂਪਾਂ ਨੂੰ, ਨੌਜਵਾਨਾਂ ਨੂੰ ਗਲਾਂ ਵਿੱਚ ਪੈਰ ਪਾ ਕੇ ਜਲਾਉਣ ਵਾਲੇ ਵੀ ਬਚੇ ਬੈਠੇ ਨੇ। ਕੋਈ ਮੁਗਲ ਨਾ ਹੋਇਆ। 500 ਵਰ੍ਹੇ ਬਾਅਦ ਦੀ ਕਹਾਣੀ ਵੀ ਹੋਈ, ਉਹ ਗੁਰੂ ਨਾਨਕ ਨੇ ਦੇਖੀ, ਇਹ ਹਮ ਦੇਖਾ। ਅਸੀਂ ਤੁਸੀਂ ਜਿਵੇਂ ਕੋਈ ਮਹਾਨ ਖੂਬਸੂਰਤ ਚੀਜ਼ ਸੀ ਉਹਨੂੰ ਖਤਮ ਕਰਨ ਲਈ
ਮਿਟਾਉਣ ਲਈ ਹੀ ਅੱਗ ਦੀ ਲੋੜ ਪਈ। ਕੁਦਰਤੀ ਨਿਯਮਾਂ ਨੂੰ ਸਮਝਣ ਦਾ ਸੁਭਾਅ ਬਣਿਆ। ਮੇਰੇ ਮਾਲਕ ਦੀ ਕਰਤੇ ਦੀ ਕੁਦਰਤ ਕਿਰਤ ਵਿੱਚੋਂ ਸਭ ਤੋਂ ਖੂਬਸੂਰਤ ਹੈ ਬਨਸਪਤੀ ਹਰਿਆਵਲ। ਬਨਸਪਤੀ ਸਭ ਤੋਂ ਵਿੱਚ ਹੀ ਬਾਗ ਆ ਜਾਂਦੇ ਨੇ, ਫੁਲਵਾੜੀਆਂ ਆ ਜਾਂਦੀਆਂ, ਫਲ ਆ ਜਾਂਦੇ ਨੇ, ਅਨਾਜ ਆ ਜਾਂਦਾ, ਸਭ ਬਨਸਪਤੀ ਦਾ ਹਿੱਸਾ। ਜਿੱਥੇ ਬਨਸਪਤੀ ਨਾ ਹੋਵੇ ਸੜ ਜਾਏ, ਜਿੱਥੇ ਹਰਿਆਵਲ ਪੈਦਾ ਨਾ ਹੋਵੇ ਉਸ ਧਰਤੀ ਨੂੰ ਲੋਕ ਮਾਰੂ ਥਲ ਕਹਿੰਦੇ ਨੇ। ਪਹਿਲਾਂ ਪਹਿਲਾਂ ਜਦੋਂ ਅਮਰੀਕਾ ਆਇਆ ਤੇ ਉੱਥੋਂ ਦੇ ਇੱਕ ਏਰੀਏ ਦਾ ਨਾਂ ਹੀ ਡੈਥ ਵੈਲੀ ਹੈ। ਉੱਥੇ ਵੀ ਕੋਈ ਹਰਿਆਵਲ ਨਹੀਂ ਪੈਦਾ ਹੁੰਦੀ, ਕੋਈ ਹਰ ਪਾਸੇ ਰੇਲ ਕੀ ਰੇਤ ਮਾਰੂ ਥਾ। ਜਿੱਥੇ ਹਰਿਆਵਲ ਨਹੀਂ ਉਸਦਾ ਨਾਮ ਮੌਤ ਹੈ। ਇਹਦਾ ਮਤਲਬ ਗੁਰੂ ਹਰਿਆਵਲ ਨੂੰ ਜੀਵਨ ਸਮਝ ਰਿਹਾ ਹੈ। ਦੁਨੀਆਂ ਦੇ ਲੋਕ ਵੀ ਹਰਿਆਵਲ ਨੂੰ ਜੀਵਨ ਸਮਝ ਰਹੇ ਹਨ। ਜਿੱਥੇ ਹਰਿਆਵਲ ਨਹੀਂ ਪੈਦਾ ਹੁੰਦੀ ਕੋਸ਼ਿਸ਼ ਹੁੰਦੀ ਹੈ ਕਿ ਇਹਨੂੰ ਡੈਥ ਵੈਲੀ ਨਾ ਰਹਿਣ ਦੇ, ਇੱਥੇ ਕੋਈ ਹਰਿਆਵਲ ਪੈਦਾ ਹੋਵੇ। ਮੌਤ ਘੱਟ ਚੱਲਦਾ ਹੈ, ਜੀਵਨ ਚੱਲਦਾ ਹੈ। ਪਹਿਲਾ ਪਾਣੀ ਜੀਵ ਹੈ। ਮੈਂ ਗੁਰਬਾਣੀ ਉੱਤੋਂ ਜਦੋਂ ਚਾਰਜ ਫਿਰ ਉਹ ਇਕੱਠਾ ਕਰਨਾ ਬਹੁਤ ਸਾਰੇ ਰਾਜ ਖੁੱਲ ਜਾਂਦੇ ਨੇ। ਪਾਣੀ ਜੀਵਨ ਹੈ, ਪਾਣੀ ਵਿੱਚੋਂ ਬਨਸਪਤੀ ਪੈਦਾ ਹੁੰਦੀ ਹੈ। ਬਨਸਪਤੀ ਹਰਿਆਵਲ ਹੈ, ਬਨਸਪਤੀ ਨਾ ਹੋਵੇ ਤੇ ਡੈਥ ਵੈਲੀ ਬਣ ਜਾਂਦੀ ਹੈ, ਮੌਤ ਹੈ। ਕਿਹੜੀ ਅਜੀਬ ਗੱਲ ਹੈ। ਜਦੋਂ ਦੂਜਾ ਪੱਖ ਵੇਖਿਆ ਤਾਂ ਹੈਰਾਨ ਹੋ ਗਿਆ, ਪੱਥਰ ਦੇ ਪੁਜਾਰੀਆਂ ਨੇ ਪੱਥਰ ਕਿਉਂ ਚੁਣਿਆ। ਪੱਥਰ ਦੇ ਪੁਜਾਰੀਆਂ ਨੇ ਪੱਥਰ ਕਿਉਂ ਚੁਣਿਆ। ਰਗੜ ਕੇ ਅੱਗ ਪੈਦਾ ਕਰਕੇ ਪੁਰਾਣੇ ਸਮੇਂ ਅੰਦਰ ਦੂਜੇ ਨੂੰ ਲਗਾਉਂਦੇ ਸਨ। ਪੱਥਰ ਦੀ ਅੱਗ ਦੂਜੇ ਨੂੰ ਲਗਾਈ ਜਾ ਸਕਦੀ ਹੈ। ਪੱਥਰ ਆਪ ਫਿਰ ਸੁਣ ਗਈ, ਪੱਥਰ ਦੇ ਪੁਜਾਰੀਆਂ ਨੇ ਉਹ ਸੋਚਿਆ ਅੱਗ ਦੀ ਉਹਨਾਂ ਨੂੰ ਲੋੜ ਸੀ ਕਿ ਅਸੀਂ ਨਾ ਜਲ ਜਾਈਏ, ਦੂਜੇ ਨੂੰ ਜਲਾਉਣਾ। ਪਾਣੀ ਵਿੱਚੋਂ ਵੀ ਅੱਗ ਪੈਦਾ ਕਰਦੀ। ਮੈਂ ਹੈਰਾਨ ਹੁੰਦਾ ਹਿੰਦੁਸਤਾਨ ਦੇ ਜਿੰਨੇ ਤੀਰਥ ਨੇ ਵੱਡੇ ਮਹਾਨ ਤੀਰਥ, ਉਹਨਾਂ ਨਾਲ ਪਾਣੀ ਸੰਬੰਧਿਤ ਹੈ। ਤੁਸੀਂ ਈਸਾਈਆਂ ਦੇ ਵੱਡੇ ਵੱਡੇ
गिरजे रखोगे किसी जरूरी नहीं कि दरिया के कंधे हूं जाऊंगा सामने तालाब बनाया था कि मसीतां नाल किसी तालाब का सरोवर का संबंध नहीं देखो मंदिरां ते गुरुद्वारियां नाल क्या सोचने पर तो बहुत कुछ मिलता है जिन्हें वड्डे गुरुद्वारे ने उन्होंने नाल तालाब सरोवर जरूरी बना दिया जिन्हें महान मंदिर ने जाता किसी दरिया के कंडे ते जा उत्थे सरोवर बना दिता गया पानी उस
ਜਲ ਕੇ ਹੁਣ ਸਵਾਇਆ ਵੀ ਜਾ ਸਕਦਾ ਸੀ। ਮੈਂ ਹੁਣ ਅਗਲਾ ਦੂਜਾ ਪੱਖ ਜਿਹੜਾ ਅਸੀਂ ਨਹੀਂ ਸਮਝ ਸਕੇ ਉਹਦੇ ਜਿਹੜਾ ਜਾਣਾ ਚਾਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਗੁਰੂ ਨੇ ਅੱਗ ਦਾ ਦੂਜਾ ਪੱਖ ਵੀ ਦਿਖਾ ਦਿੱਤਾ। ਕਹਿਣ ਲੱਗੇ ਕੋਈ ਧਾਰ ਤੇ ਟੁੱਟ ਜਾਏ, ਕੋਈ ਧਾਰ ਤੇ ਟੁੱਟ ਜਾਏ, ਟੁੱਟੀ ਹੋਈ ਧਾਰ ਨੂੰ ਜੋੜਨਾ ਪਵੇ ਤੇ ਜੋੜਨ ਵਾਲਾ ਪਤਾ ਨੀ ਕੀ ਸੋਚਦਾ। ਉਹ ਕਹਿੰਦਾ ਇੱਥੇ ਅੱਗ ਦੀ ਲੋੜ ਹੈ, ਅੱਗ ਨਾਲ ਇਹ ਧਾਰ ਧਰ ਜਾਏਗੀ, ਧਰ ਕੇ ਟੁੱਟੀ ਹੋਈ ਧਾਰ ਆਪਸ ਵਿੱਚ ਜੁੜ ਜਾਏਗੀ। ਸੋਚੋ ਵੀ ਬਾਰ ਬਾਰ ਨਾ ਜਲਣਾ ਪਵੇ,
ਲਈ ਨਾ ਮਤ ਬਸ ਪਰੋਂ ਲੁਹਾਰ ਕੇ ਜਾਏ ਦੂਜੀ ਵਾਰ ਦੂਜਾ ਪੱਖ ਜਲਨ ਤੋਂ ਜੋ ਬਚਨ ਦੇ ਨਾਲ ਜਿਹੜੀ ਮਜ਼ਬੂਤੀ ਦਾ ਪੱਖ ਹੈ ਉਹ ਇਹ ਹੈ ਅੱਗ ਵਿੱਚ ਢਲ ਕੇ ਟੁੱਟੇ ਹੋਏ ਬਰਤਨ ਜੁੜ ਜਾਂਦੇ ਅੱਗ ਵਿੱਚ ਢਲ ਕੇ ਟੁੱਟੇ ਹੋਏ ਗਹਿਣੇ ਜੁੜ ਜਾਂਦੇ ਅੱਗ ਵਿੱਚ ਢਲ ਕੇ ਟੁੱਟੇ ਹੋਏ ਲੋਹੇ ਦੇ ਬਰਤਨ ਜੁੜ ਜਾਂਦੇ ਨੇ ਪੁਰਜੇ ਜੁੜ ਜਾਂਦੇ ਨੇ ਜੋੜਨਾ ਹੋਵੇ ਟੁੱਟਿਆਂ ਨੂੰ ਤੇ ਅੱਗ ਦੀ ਲੋੜ ਹੁੰਦੀ ਹੈ ਸਭ ਕੁਝ ਅੱਗ ਵਿੱਚ ਜਲਿਆ ਪਰ ਤੂੰ ਅੱਗੇ ਨਾਲੋਂ ਜ਼ਿਆਦਾ ਟੋਟੇ ਟੋਟੇ ਹੋ ਗਿਆ ਮੇਰਾ ਦਿਲ ਬਣਾ ਲਿਆ ਨਹੀਂ ਸਭ ਕੁਝ ਨਹੀਂ ਤੇਰਾ ਸਭ ਕੁਝ ਜਲਿਆ ਜਿੰਨਾ ਤੂੰ ਇਸ ਅੱਗ ਦਾ ਸੇਕ ਬਣਿਆ ਹੈ ਦੁਨੀਆਂ ਅੰਦਰ ਕਿਸੇ ਕਿਸਾਨ ਹੈ ਸਨਮਾਨ ਪਰ ਉਹਨਾਂ ਨੇ ਯਾਦ ਨਹੀਂ ਰੱਖਿਆ ਕੋਈ ਮਨੁੱਖ ਹੋਏਗਾ ਜਿਹੜਾ ਉਸ ਮਿਊਜ਼ੀਅਮ ਨੂੰ ਦੇਖ ਕੇ ਬਾਹਰ ਨਿਕਲਦਿਆਂ ਅੱਖਾਂ ਭੂਤਦਾ ਨਾਲ ਨਿਕਲਿਆ ਹੋਵੇ ਜੋੜਿਆਂ ਤੱਕ ਜਿਹੜੇ ਜਲਾਏ ਗਏ ਸਨ ਜੋ ਉਹਨਾਂ ਦਾ ਬਚਿਆ ਉੱਥੇ ਸਵਾਗਤ ਰੱਖਿਆ ਹੋਇਆ ਤੁਹਾਡੇ ਤੋਂ ਵਿਸ਼ਵ ਕਿਉਂਕਿ ਬਹੁਤ ਹੀ ਦੂਰ ਇੱਕ ਚੀਜ਼ ਸੰਭਾਲ ਕੇ ਰੱਖੀ ਹੋਈ ਤੁਹਾਡੇ ਤਾਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਗੋਲੀਆਂ ਦੇ ਨਿਸ਼ਾਨ ਵੀ ਅਗਲਿਆਂ ਨੇ ਖਤਮ ਕਰ ਦਿੱਤੇ ਨਿਸ਼ਾਨੀਆਂ ਖਤਮ ਕਰ ਲਈ ਭੁੱਲ ਜਾਓ ਬਸ ਆਏ ਭੁੱਲ ਬਸ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਸਾਡੇ ਨਾਲ ਯਹੂਦੀ ਚੰਗੇ ਨੇ ਜਿਨ੍ਹਾਂ ਨੇ ਆਪਣੀਆਂ ਨਿਸ਼ਾਨੀਆਂ ਖਤਮ ਨਹੀਂ ਹੋਣ ਦਿੱਤੀਆਂ ਜਾ ਕੇ ਦੇਖ ਸਕਦੇ ਉਸ ਟਾਈਮ ਦੀਆਂ ਜਿਹੜੀਆਂ ਨਿਸ਼ਾਨੀਆਂ ਸਨ ਉਹਨਾਂ ਨੂੰ ਦੇਖ ਕੇ ਅੱਖਾਂ ਚੋਂ ਅੱਥਰੂ ਆ ਗਏ ਪਰ ਕਮ ਸੇ ਕਮ ਉਸ ਚੰਦਰਾਂ ਦੀ ਅੱਗ ਵਿੱਚੋਂ ਢਲ ਕੇ ਨਿਕਲੇ ਹੋਏ ਯਹੂਦੀ ਅੱਜ ਕਿੱਥੇ ਪਹੁੰਚੇ ਵੀ ਤੁਹਾਡੇ ਸਾਹਮਣੇ ਕਿੱਥੇ ਪਹੁੰਚੇ ਅੱਜ ਦੁਨੀਆਂ ਦੀ ਤ੍ਰੀਨ ਕੌਮ ਹੈ ਚਾਹੀਦਾ ਤਾਂ ਇਹ ਸੀ ਨਾ ਵੀ ਉਸ ਅੱਗ ਵਿੱਚੋਂ ਜਲ ਕੇ ਢਲ ਕੇ ਨਿਕਲੇ ਹੋਏ ਅਸੀਂ ਜੁੜਦੇ ਅਗਨੀਗੰਢ ਪਾਏ ਲੋਹਾਰ ਉਹ ਅਗਨੀ ਸਾਡੀ ਗੰਢ ਪਾ ਦਿੰਦੀ ਸਾਡੀਆਂ ਤਾਂ ਅਗਲੀਆਂ ਵੀ ਗੰਢਾਂ ਟੁੱਟ ਗਈਆਂ ਅਸੀਂ ਤਾਂ ਟੋਟੇ ਟੋਟੇ ਹੋ ਗਏ ਉਸ ਅੱਗ ਦੇ ਸੇਕ ਨੇ ਇੰਨੇ ਵੱਡੇ ਸੇਕ ਨੇ ਵੀ ਸਾਡੇ ਵਿੱਚ ਟੁੱਟ ਗਈ ਨਾ ਦੇਵੀ ਤਨ ਜਲ ਬਲ ਮਾਟੀ ਮਾਇਆ ਤਨ ਜਲ ਬਲ ਮਾਟੀ ਮਾਇਆ ਮਨ ਪਾਇਆ ਮਿਲਾਵਟ ਵਾਲਾ ਖੋਟਾ ਖੋਟੀ ਤਾਰ ਤਨ ਜਲ ਗਿਆ ਸਰੀਰ ਜਲੇ ਮਹਾਰ ਜੜੇ ਅਸੀਂ ਅੱਜ ਤੱਕ ਗਲ ਵਿੱਚ ਪੈਰ ਪਾ ਕੇ ਜਲਾਉਣ ਵਾਲਿਆਂ ਦੀਆਂ ਤੇ ਜਲਣ ਵਾਲਿਆਂ ਦੀਆਂ ਗੱਲਾਂ ਤਾਂ ਕਰਨੀਆਂ ਹਨ ਜਲੇ ਪਰ ਉਸ ਜਲਨ ਵਿੱਚੋਂ ਮਨ ਮਨੂਰ ਹੋ ਕੇ ਨਿਕਲਣਾ ਤੋਂ ਵੱਡੀ ਗੱਲ ਹੈ ਇਹ ਠੀਕ ਨਹੀਂ ਮਨ
ਬਾਰਾਵਰਨੀ ਦਾ ਸੋਨਾ ਹੋ ਕੇ ਸ਼ੁੱਧ ਹੋ ਕੇ ਨਿਕਲਣਾ ਚਾਹੀਦਾ ਸੀ, ਅੱਗ ਵਿੱਚੋਂ ਹੀ ਸ਼ੁੱਧ ਹੋ ਕੇ ਨਿਕਲਣਾ। ਜਿੰਨੀ ਵਾਰ ਇੱਕ ਖਿਆਲ ਕਰੋ ਸੋਨੇ ਨੂੰ ਸ਼ੁੱਧ ਕਰਨਾ ਹੋਵੇ ਨਾ, ਉਨੀ ਵਾਰ ਅੱਗ ਵਿੱਚ ਪਾਉਣਾ ਪੈਂਦਾ। ਪੁੱਛੋ ਕਿਸੇ ਸੁਨਾਰ ਕੋਲ ਜਾ ਕੇ, ਸੁਨਾਰ ਸਮਝਦਾ ਹੈ ਅੱਗ ਦਾ ਇੱਕ ਚੰਗਾ ਪੱਖ ਹੈ, ਉਹ ਜਿੰਨੀ ਵਾਰ ਸੋਨੇ ਨੂੰ ਤਾਉਂਦੀ ਹੈ ਸੋਨਾ ਹੋਰ ਸ਼ੁੱਧ ਹੁੰਦਾ ਹੈ, ਹੋਰ ਸ਼ੁੱਧ ਹੁੰਦਾ ਹੈ। ਮਨ ਸ਼ੁੱਧ ਹੋਣਾ ਚਾਹੀਦਾ ਸੀ, ਪਰ ਗੁਰਬਾਣੀ ਨੇ ਉਹਨਾਂ ਪਾ ਦਿੱਤਾ, ਕਹਿਣ ਲੱਗੇ ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ ਮਨੂਰ ਹੋ ਗਿਆ। ਅੱਗੇ ਨਾਲੋਂ ਵੀ ਖੋਟਾ ਹੋ ਗਿਆ, ਤੇ ਉਸ ਖੋਟੇ ਹੋਣ ਦੀ ਨਿਸ਼ਾਨੀ ਕੀ? ਔਗਣ ਫਿਰ ਲਾਗੂ ਹੈ, ਜਿਹੜੇ ਔਗਣ ਨਸ ਜਾਣੇ ਚਾਹੀਦੇ ਸਨ ਉਹ ਔਗਣ ਅੱਜ ਸਾਡੇ ਵਿੱਚ ਹੋਰ ਜ਼ਿਆਦਾ ਆ ਗਏ, ਨੇੜੇ ਹੋ ਗਏ। ਪੂਰ ਵਜਾਵੇ ਤੂਰ, ਅੱਜ ਸਾਡੇ ਵੱਡੇ ਵੱਡੇ ਤਖਤਾਂ ਤੇ ਵੱਡੇ ਵੱਡੇ ਧਰਮ ਅਸਥਾਨਾਂ ਤੇ ਕੂੜ ਦੇ ਵਾਜੇ ਤਗੜਦੇ ਨੇ, ਕੂੜ ਕਹਿੰਦੇ ਨੇ ਵਾਜੇ ਨੂੰ। ਜਿੰਨਾ ਬੋਲ ਬੋਲੋ ਫੈਸਲਾ ਬਣੀਦਾ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਔਗਣ ਫਿਰ ਲਾਗੂ ਹੋਏ, ਚੰਗੇ ਸਾਗ ਵਿੱਚੋਂ ਨਿਕਲੇ ਤਨ ਜਲ ਬਲ ਮਾਟੀ ਭਇਆ, ਮਨਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਹੈ, ਔਗਣ ਲਾਗੂ ਹੋ ਗਿਆ, ਨੇੜੇ ਹੋ ਗਿਆ, ਹਰ ਪਾਸੇ ਔਗਣ ਹੀ ਔਗਣ, ਗੁਣਾ ਹੀ ਗੁਣਾ, ਤੇ ਮੇਰੇ ਗੁਣਾ ਨੇ ਕੂੜ ਵਜਾਵੇ ਤੂੜ, ਸਾਡੇ ਤਾਂ ਮਹੱਲਾ ਧਰਮ ਸਥਾਨ ਤੇ ਅੱਜ ਕੂੜ ਦੇ ਹੀ ਬੋਲ ਬੋਲੇ ਨੇ। ਫੈਸਲਾ ਬਣੀ ਗਿਆ, ਕਹਿੰਦੇ ਮੈਨੂੰ ਤੇ ਦੁੱਖ ਹੈ ਐਸੇ ਸਰੋਵਰ ਪਿਆ ਵਸਿਆ, ਜਿੱਥੋਂ ਜੀਵਨ ਅੱਗ ਵਿੱਚ ਜਲ ਕੇ ਜਲਣਾ ਸ਼ੁਰੂ ਹੋਇਆ ਸੀ। ਪਾਣੀ ਪਾਣੀ ਦੇ ਦੋ ਰੂਪ ਨੇ, ਪਾਣੀ ਨੂੰ ਲੱਗ ਗਈ ਅੱਗ ਉਹ ਬਦਕਿਸਮ ਦੀ ਸੀ, ਤੇ ਪਾਣੀ ਵਿੱਚ ਮਿਲ ਜਾਏ ਮਿੱਟੀ ਤੇ ਚਿੱਕੜ ਬਣ ਜਾਂਦਾ ਉਹ ਵੀ ਬਦਕਿਸਮ ਦੀ ਹੈ, ਕਿਉਂਕਿ ਉਹ ਮਨੁੱਖ ਦੇ ਜੀਵਨ ਦੇ ਵੇਗ ਨੂੰ ਰੋਕਦੀ, ਕਦਮ ਤਿਲਦੇ ਨੇ ਮੰਜ਼ਲ ਦੀ ਮਿਲਦੀ। ਗੁਰੂ ਨੇ ਆਖਿਆ ਕਹਿ ਸਾਡੇ ਜੀਵਨ ਦੀ ਸੁਰੱਖਿਆ ਹੈ।
ਜਿਹੜੀ ਅਸੀਂ ਪ੍ਰਾਪਤ ਨਹੀਂ ਕਰ ਰਹੇ। ਅਸੀਂ ਮਨੁੱਖਾਂ ਕੋਲੋਂ ਅਗਵਾਈ ਲੈ ਰਹੇ ਹਾਂ ਜਿਨ੍ਹਾਂ ਬਾਰੇ ਗੁਰੂ ਨੇ ਆਖ ਦਿੱਤਾ ਜੈ ਜੈ ਪਨ ਡਾਲੀ ਪੱਗ ਧਰੋ ਸੋਈ ਮੁੜ ਮੁੜ ਜਾਏ। ਜਿਹਦਾ ਸਹਾਰਾ ਲੈਣਾ ਉਹ ਟਾਣੀ ਟੁੱਟ ਜਾਂਦੀ ਮੁੜ ਜਾਂਦੀ, ਜਿਹਦਾ ਸਹਾਰਾ ਲੈਣਾ ਉਹ ਟਾਣੀ ਟੁੱਟ ਜਾਂਦੀ। ਪਰ ਅਸੀਂ ਵੀ ਬੜੇ ਢੀਠ, ਮੈਨੂੰ ਕਹਿਣਾ ਪੈਂਦਾ ਅਸੀਂ ਵੀ ਮੁੜ ਮੁੜ ਨਾ ਟਾਣੀਆਂ ਦੇ ਸਹਾਰੇ ਹੀ ਜੀਵਨ ਗੁਜ਼ਾਰਨਾ ਚਾਹੁੰਦੇ ਹਾਂ। ਗੁਰੂ ਦਾ ਸਹਾਰਾ ਨਹੀਂ ਲੈ ਰਹੇ, ਗੁਰੂ ਨੂੰ ਵਿਸਾਰੀ ਬੈਠੇ ਹਾਂ। ਇਸੇ ਵੀ ਇਸੇ ਸ਼ਬਦ ਦੀ ਅਗਲੀ ਲੈਣ ਅੰਦਰ ਗੁਰੂ ਨੇ ਜਵਾਬ ਦਿੱਤਾ, ਮਨ ਏਕ ਦਾ ਚਿੱਤ ਸੰਗੂਰ ਮਨ ਹਰ ਬਿਸਰਤ ਤੇਰੇ ਗੁਣ ਕਰੇ ਆ। ਗੁਣ ਗਲ ਰਹੇ ਨੇ, ਅਵਗੁਣ ਫਿਰ ਲਾਗੂ ਹੈ, ਅਵਗੁਣ ਲਾਗੂ ਹੋ ਰਹੇ ਨੇ, ਗੁਣ ਗਲ ਰਹੇ ਨੇ। ਤੇ ਜਿਹਨਾਂ ਦੇ ਗੁਣ ਗਲ ਜਾਂਦੇ ਨੇ ਅਵਗੁਣ ਲਾਗੂ ਹੁੰਦੇ ਨੇ, ਉਹਦਾ ਫੈਸਲਾ ਵੀ ਬਾਣੀ ਨੇ ਦਿੱਤਾ ਹੈ। ਗੁਰੂ ਕਹਿੰਦੇ ਨਾਨਕ ਅਵਗੁਣ ਜੇਤੜੇ ਤੇ ਤੇ ਗਲੀ ਜ਼ੰਜੀਰ, ਉਹਨਾਂ ਨੂੰ ਕਦੀ ਆਜ਼ਾਦੀ ਨਹੀਂ ਜੀ, ਉਹਨਾਂ ਦੇ ਗਲ ਚ ਫਾਹੀ ਪੈਂਦੀ। ਉਹ ਤਾਂ ਸੰਗਲਿਆਂ ਨਾਲ ਬਚ ਜਾਂਦੇ ਨੇ, ਉਹ ਬਚ ਨਹੀਂ ਸਕਦੇ, ਫੈਸਲਾ ਬਣਦਾ ਹੈ। ਅਵਗੁਣ ਵਾਲੇ ਨਹੀਂ ਬਚ ਸਕਦੇ। ਨਾਨਕ ਅਵਗੁਣ ਜੇਤੜੇ ਤੇ ਤੇ ਗਲੀ ਜ਼ੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ, ਫੈਸਲਾ ਬਣਦਾ ਹੈ। ਤੇ ਜਿੰਨੀ ਦੇਰ ਅਸੀਂ ਬਾਣੀ ਦੀ ਅਗਵਾਈ ਨੂੰ ਗੁਰਮਤ ਸਮਝ ਕੇ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਵਾਂਗੇ, ਭਵਿੱਖ ਸੁਰੱਖਿਅਤ ਨਹੀਂ ਹੋ ਸਕੇਗਾ, ਨਹੀਂ ਹੋ ਸਕੇਗਾ। ਸੱਚ ਕਹਿਣ ਲਈ ਮਜਬੂਰ ਹੋ, ਆਉਣ ਵਾਲੇ ਸਮੇਂ ਵਿੱਚ ਵੀ ਜੋ ਗੁਰੂ ਕਹੇਗਾ ਤੁਹਾਡੇ ਸਾਹਮਣੇ ਤੁਹਾਡੇ ਨਾਲ ਮਿਲ ਬੈਠ ਕੇ ਆਪਣੇ ਪਰਿਵਾਰ ਵੱਲ ਨੂੰ ਵਿਚਾਰਾਂ ਕਰਾਂਗੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।